ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਸੰਗਤ ਜੀ, ਅੱਜ ਆਪਣੇ ਨਾਲ ਗੁਰੂ ਘਰ ਦੇ ਕੀਰਤਨੀਏ ਸਰਦਾਰ ਹਰਦੀਪ ਸਿੰਘ ਜੀ, ਜਿਹੜੇ ਜੜਿਆਲਾ ਮੰਜਕੀ ਤੋਂ ਆ ਅਤੇ ਗੁਰੂ ਘਰ ਦੇ ਕੀਰਤਨ ਦੀ ਸੇਵਾ ਕਰਦੇ ਆ। ਇਹਨਾਂ ਦਾ ਪਰਿਵਾਰ ਪੂਰਾ ਅੰਮ੍ਰਿਤਧਾਰੀ ਗੁਰਸਿੱਖ ਆ ਅਤੇ ਇਹਦੇ ਵਿਚਾਰਾ ਕਰਦੇ ਕਰਦੇ ਵੀਡੀਓ ਬਣਨ ਲੱਗੀ ਆ। ਗ੍ਰੰਥੀ ਸਿੰਘਾਂ ਦੀ ਜੋ ਦਸ਼ਾ ਆ, ਸਾਡੇ ਗੁਰੂ ਘਰ 'ਚ ਬੇਅਦਮੀਆਂ ਹੋ ਰਹੀਆਂ ਆ, ਜਾਂ ਉਹਨਾਂ ਅੱਗੇ ਸਾਡੇ ਗ੍ਰੰਥ ਸਿੰਘ ਵਧੀਆ ਕਿਉਂ ਨਹੀਂ ਬਣ ਰਹੇ? ਪੜ੍ਹੇ ਲਿਖੇ ਗ੍ਰੰਥ ਸਿੰਘ ਹੁਣ ਐੱਮ ਏ ਪਾਸ ਹੋਣ, ਹੈ ਨਾ ਜੀ, ਬੀ ਏ ਪਾਸ ਹੋਣ, ਉਹ ਕਿਉਂ ਨਹੀਂ ਹੋ ਰਿਹਾ? ਉਹ ਵਿਚਾਰਾ ਬਾਈ ਜਣਾ ਕਰ ਰਹੇ ਸੀ ਵੀਰ ਜੀ ਨਾਲ, ਅਤੇ ਇਹ ਕਿਉਂਕਿ ਰੋਜ਼ ਵਿਚਰਦੇ ਆ, ਨਵੇਂ ਨਵੇਂ ਗੁਰੂ ਘਰ ਜਾਣਾ ਹੁੰਦਾ ਵਿਆਹ ਸ਼ਾਦੀਆਂ 'ਚ, ਭੋਗਾਂ 'ਤੇ, ਕਿਉਂ ਭਾਜੀ? ਬਿਲਕੁਲ ਜੀ ਬਿਲਕੁਲ। ਉਹ ਗ੍ਰੰਥ ਸਿੰਘਾਂ ਦਾ ਮੇਲ ਮਿਲਾਪ ਤੁਹਾਡਾ ਸਿੱਧਾ ਉਹਨਾਂ ਨਾਲ ਹੁੰਦਾ ਜਾ ਕੇ ਨਾ, ਅਤੇ ਤੁਹਾਨੂੰ ਕੀ ਅੱਜ ਤੱਕ ਸੁਣਨ ਨੂੰ ਮਿਲਿਆ ਗ੍ਰੰਥ ਸਿੰਘਾਂ ਦੀ, ਜੀਵਨ ਕਿੱਦਾਂ ਦਾ ਆ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਪਹਿਲਾ ਬੇਨਤੀ ਇਹੀ ਹੈ ਵੀ ਜਿਹੜੀ ਅੱਜ ਦੀ ਘਟਨਾ ਨੂੰ ਲੈ ਕੇ ਆਪਾਂ ਜਿਹੜੇ ਉੱਥੇ ਗ੍ਰੰਥੀ ਸਾਹਿਬ ਸੇਵਾ ਕਰਦੇ ਸੀਗੇ, ਜੀ ਜੀ ਜੀ, ਉਹਨਾਂ ਨੇ ਕਿਤੇ ਉਹ ਵੀ ਕਿਸੇ ਵੀ ਥਾਂ ਤੋਂ ਕੋਈ ਸੰਥਿਆ ਨਹੀਂ ਲਈ ਹੈਗੀ। ਠੀਕ ਹੈ। ਉਹ ਇੱਕ ਰਕਸ਼ਾ ਚਾਲਕ ਸੀਗੇ ਜਿਹੜਾ ਕਿ ਉਹਨਾਂ ਨੂੰ ਕੰਮ ਔਖਾ ਲੱਗਾ ਤੇ ਉਹਨਾਂ ਨੇ ਗ੍ਰੰਥੀ ਸਿੰਘ ਦਾ ਸੌਖਾ ਆ ਵੀ ਇਸ ਨੂੰ ਹੀ ਅਪਣਾ ਲਿਆ ਜਦਕਿ ਉਹਨਾਂ ਨੂੰ ਉਸ ਚੀਜ਼ ਬਾਰੇ ਕੋਈ ਵੀ ਉਹਨਾਂ ਨੇ ਕਿਤੇ ਗਿਆਨ ਨਹੀਂ ਲਿਆ ਜਾਂ ਪ੍ਰਾਪਤ ਨਹੀਂ ਕੀਤਾ। ਜੋ ਉਹਨਾਂ ਨੇ ਵਿਚਰਦਿਆਂ ਨੇ ਉਹਨਾਂ ਨੂੰ ਕੋਈ ਗਿਆਨ ਆ ਗਿਆ ਤੇ ਉਹਦੇ ਮੁਤਾਬਕ ਉਹ ਜੀ ਬਿਲਕੁਲ ਚੱਲ ਰਿਹਾ ਅੱਜ ਦਾ ਦੌਰ ਆ। ਸਾਡੇ ਗੁਰੂ ਘਰ ਦੇ ਆਪ ਜਿਹੜੇ ਗ੍ਰੰਥੀ ਸਾਹਿਬਾਨ ਆ ਭਾਈ ਜਗਤਾਰ ਸਿੰਘ ਜੀ ਆ, ਅੱਛਾ ਜੀ, ਜੋ ਕਿ ਜੋ ਉਹਨਾਂ ਨੇ 3 ਜਾਂ 4 ਸਾਲ ਲਾ ਕੇ ਕਿਸੇ ਵੀ ਅਸਥਾਨ ਤੋਂ ਟਕਸਾਲ ਤੋਂ ਉਹਨਾਂ ਨੇ ਸੰਥਿਆ ਪ੍ਰਾਪਤ ਕੀਤੀ ਆ, ਜੀ ਜੀ, ਮੈਂ ਵੀ ਉਸ ਗੁਰੂ ਘਰ ਮੈਂਬਰ ਕਮੇਟੀ ਦੇ ਵਿੱਚ ਹਾਂ। ਠੀਕ ਹੈ ਜੀ। ਸੋ ਉਹਨਾਂ ਦੀ ਵੀ ਸੇਵਾ, ਚਲੋ ਸਾਡੇ ਲਈ ਵੀ ਇਹ ਬਹੁਤ ਹੀ ਚੰਗੀ ਗੱਲ ਨਹੀਂ, ਉਹਨਾਂ ਦੀ ਵੀ ਸੇਵਾ 5000 ਆ। ਠੀਕ ਹੈ ਜੀ। ਅਤੇ ਆਪਾਂ ਇਹ ਵਿਚਾਰ ਕਰ ਰਹੇ ਸੀ ਕਿ ਸਾਡੀ ਆਪਣੀ ਜੋ ਮਹਾਰਾਜ ਨੇ ਦਾਤਾਂ ਬਖਸ਼ੀਆਂ ਬੱਚੇ ਉਹ ਸੰਥਿਆ ਕਰ ਰਹੇ ਆ। ਜੀ ਜੀ ਜੀ। ਸੰਥਿਆ ਤਾਂ ਮਹਾਰਾਜ ਦੀ ਸੇਵਾ ਲਈ ਹੀ ਕਰ ਰਹੇ ਹਾਂ, ਕਿਉਂਕਿ ਸਾਡੀ ਇਹ ਮਨਸ਼ਾ ਬਿਲਕੁਲ ਹੈ ਨਹੀਂ ਵੀ ਸਾਡੇ ਬੱਚੇ ਗ੍ਰੰਥੀ ਬਣਨ। ਅੱਛਾ ਜੀ। ਅਤੇ ਉਹ ਅਸੀਂ ਤਾਂ ਨਹੀਂ ਚਾਹੁੰਦੇ, ਕਿਉਂਕਿ ਮੈਂ ਖੁਦ ਕੀਰਤਨ ਵੀ ਕਰਦਾ ਅਤੇ ਪਾਠ ਵੀ ਕਰਦਾ ਜੀ, ਇਸ ਲਈ ਜੋ ਕਮੇਟੀ ਮੈਂਬਰਾਂ ਨੂੰ ਤਾਂ ਪਤਾ ਹੀ ਨਹੀਂ, ਜਿਨ੍ਹਾਂ ਨੇ ਕਦੀ ਖੁਦ ਸਹਿਜ ਪਾਠ ਨਹੀਂ ਕੀਤਾ ਉਹਨਾਂ ਨੂੰ ਕੁਛ ਪਤਾ ਹੀ ਨਹੀਂ। ਸਭ ਤੋਂ ਜ਼ਿਆਦਾ ਇਹ ਇਹਨਾਂ ਦੀ ਮਤਲਬ ਹੁੰਦੀ ਹੈ ਵੀ ਗਰੀਬ ਜਿਹੜਾ ਆ ਉਹਦਾ ਪਾਠ ਫਰੀ ਹੋਵੇ। ਉਹ ਬਿਲਕੁਲ ਜੀ, ਜੇ ਗ੍ਰੰਥੀ ਸਿੰਘ ਸੇਵਾ ਜਹਾਦੀ ਮੰਗਦਾ ਤੇ ਕਹਿੰਦੇ ਵੀ ਗ੍ਰੰਥੀ ਸਿੰਘ ਸ਼ਰਧਾ ਤੋੜਦੇ ਆ ਜੀ। ਬਿਲਕੁਲ। ਮੇਰੇ ਵੱਲੋਂ ਤਾਂ ਇਹ ਵਿਚਾਰ ਆ ਵੀ ਕਹਿੰਦੇ ਜੀ 7100 ਰੁਪਇਆ ਮੌਜੂਦਾ ਜੋ ਸੇਵਾ ਚੱਲ ਰਹੀ ਆ ਅਖੰਡ ਪਾਠ ਸਾਹਿਬ ਦੀ, ਜੀ ਜੀ, ਵੀ ਸਾਡੇ ਇੱਥੇ ਜਿਹੜਾ ਜੰਡਿਆਲੇ ਦੀ ਸੇਵਾ ਮੇਰੇ ਖਿਆਲ ਨਾਲ 2 ਸਾਲ ਬਾਅਦ ਵਧੀ ਆ। ਠੀਕ ਹੈ। ਬਾਕੀ ਨਗਰਾਂ 'ਚ 2-2 ਸਾਲ ਪਹਿਲਾਂ ਹੀ ਵੱਧ ਜਾਂਦੀ ਆ। ਜੀ ਜੀ ਜੀ। ਅਤੇ ਸਹਿਜ ਪਾਠ ਦੀ 51 ਕਹਿੰਦੇ ਜੀ 5100। ਠੀਕ ਹੈ ਜੀ। ਵੀ ਮੈਨੂੰ ਕੋਈ ਵੀ ਵੀਰ ਦੱਸ ਸਕਦਾ ਵੀ ਸਹਿਜ ਪਾਠ 'ਚ ਅੰਗ ਘੱਟ ਹੁੰਦੇ ਆ ਜੀ? ਬਿਲਕੁਲ ਸਹੀ ਗੱਲ। ਜਾਂ ਅਖੰਡ ਪਾਠ 'ਚ ਜ਼ਿਆਦਾ ਹੁੰਦੇ ਆ? ਜ਼ਿਆਦਾ ਹੁੰਦੇ ਜਿਹੜੀ ਮਾਲੀ ਬਾਣੀ ਤਾਂ 19 ਹੀ ਬਾਣੀ ਆ ਆਪਣੇ ਵਿੱਚ ਕਾਰੋਬਾਰੀ ਸਿੰਘ ਵੀ ਆ। ਆਪਾਂ ਕਿਸੇ ਦੇ ਘਰ ਜਾਂਦੇ ਕੰਮ ਦੇਖਾਂ ਆਪਾਂ 200 ਰੁਪਇਆ ਲੈ ਆਉਂਦੇ ਹਾਂ, 100 ਉੱਦਾਂ ਆਪਾਂ ਜਾਂਦੇ ਨਹੀਂ। ਜਿਹੜਾ ਗ੍ਰੰਥੀ ਸਿੰਘ ਆ ਸਵੇਰੇ ਵੀ ਜਾਂਦਾ ਸ਼ਾਮ ਨੂੰ ਵੀ ਜਾਂਦਾ। ਬਿਲਕੁਲ ਜੀ। ਆਪਾਂ ਉਹਦੇ ਤੇਲ ਦੇ ਪੈਸੇ ਵੀ ਨਹੀਂ ਦੇ ਰਹੇ ਉਹਨੂੰ। ਬਿਲਕੁਲ ਜੀ। ਜੇ ਉਸ ਹਿਸਾਬ ਨਾਲ ਕਾਉਂਟਿੰਗ ਕਰੀਏ ਤੇ ਉਹ ਕਹਿੰਦੇ ਆ ਵੀ ਜੇ ਕਿਸੇ ਨਾਲ ਗੱਲ ਕਰੋ ਵੀ ਮਹਾਰਾਜ ਤੇ ਤਾਂ ਵਿਸ਼ਵਾਸ ਕਰਕੇ ਹੀ ਅੱਗੇ ਲੱਗੇ ਹੋਏ ਆ। ਬਿਲਕੁਲ ਜੀ। ਅਸੀਂ ਤਾਂ ਚੱਲ ਰਹੇ ਹਾਂ ਇਸ ਲਾਈਨ ਦੇ ਵਿੱਚ ਚੱਲ ਰਹੇ ਹਾਂ ਜੀ, ਪਰ ਸੰਗਤ ਨੂੰ ਬੇਨਤੀ ਆ ਹੱਥ ਜੋੜ ਕੇ ਜਿੱਥੇ ਆਪਾਂ ਹੋਰ ਇੰਨੇ ਖਰਚੇ ਕਰਦੇ ਹਾਂ ਅਤੇ ਇਹ ਜਿੱਦਾਂ ਅੱਜ ਹੋਈ ਆ ਬੇਅਦਬੀ, ਇਹ ਗ੍ਰੰਥੀ ਸਿੰਘ ਜੀ ਰਕਸ਼ਾ ਚਾਲਕ ਸੀਗੇ ਜੋ ਸਹੀ ਗੁਰੂ ਸਾਹਿਬ ਦੇ ਨਾਲ ਪ੍ਰੇਮ ਕਰਦੇ ਆ, ਜਿਹਨਾਂ ਨੂੰ ਕੋਈ ਗਿਆਨ ਕਿਤੇ ਉਹ ਲਿਆ ਆ। ਬੇਨਤੀ ਆ ਵੀ ਜਿੱਥੇ ਬੇਸ਼ੱਕ ਦੀ ਆਪਾਂ ਸੰਗਤਾਂ ਵੀ ਰਲ ਮਿਲ ਕੇ ਆਪਣਾ ਆਪਣੇ ਖਰਚੇ ਘਟਾ ਕੇ ਤੇ ਆਪਾਂ ਵਧੀਆ ਗੁਰੂ ਸਾਹਿਬ ਦੇ ਜਿਹੜੇ ਵਜ਼ੀਰ ਆ ਉਹਨਾਂ ਨੂੰ ਲੈ ਕੇ ਆਈਏ, ਉਹਨਾਂ ਤੋਂ ਸੇਵਾ ਲਈਏ। ਤੇ ਤੁਹਾਨੂੰ ਲੱਗਦਾ ਪਿੰਡਾਂ ਦੇ ਵਿੱਚ ਜਿੱਦਾਂ ਆਪਾਂ ਜਿਹੜੀ ਕਮੇਟੀਆਂ ਦੀ ਗੱਲ ਕੀਤੀ ਆ, ਕਮੇਟੀਆਂ ਨੂੰ ਗ੍ਰੰਥ ਸਿੰਘ ਤਾਂ ਚਾਹੀਦਾ ਨਹੀਂ, ਗੁਰੂ ਸਾਹਿਬ ਦੀ ਸੇਵਾ ਕਰਨ ਲਈ ਆਦਮੀ ਚਾਹੀਦਾ,
ਉਹਨਾਂ ਨੂੰ ਇੱਕ ਨੌਕਰ ਚਾਹੀਦਾ ਜਿਹੜਾ ਕਿ ਜੀ ਹਜ਼ੂਰੀ ਕਰੇ, ਹਾਂਜੀ ਭਾਂਡੇ ਉਹ ਦਬਕਾ ਮਾਰੇ ਜਾਂ ਭਾਂਡੇ ਦੇਣ ਲਈ। ਹਾਂ, ਜਦਕਿ ਜਿਹੜਾ ਗੁਰੂ ਘਰ ਵਜ਼ੀਰ ਬਾਬਾ ਬੁੱਢਾ ਜੀ ਹੋਏ ਆ ਸਭ ਤੋਂ ਪਹਿਲੇ ਵਜ਼ੀਰ ਨਾ ਗੁਰੂ ਘਰ ਦੇ, ਕਮੇਟੀਆਂ ਨੂੰ ਵਜ਼ੀਰ ਉਦਾਂ ਦੇ ਚਾਹੀਦੇ ਆ ਪਰ ਸੇਵਾ ਨਹੀਂ ਕਰ ਸਕਦੇ, ਸੇਵਾ ਨਹੀਂ ਕਰ ਸਕਦੇ, ਇਸੇ ਲਈ ਉਹ ਘੱਟ ਖਰਚੇ ਤੇ ਲੈ ਕੇ ਆਉਂਦੇ ਆ। ਹਾਂਜੀ ਹਾਂਜੀ, ਤੇ ਸਿਰਫ ਆਪਣੀ ਹਿੰਡ ਪਕਾਉਂਦੇ ਆ। ਦੇਖੋ ਜੀ, ਹੁਣ ਆਪਾਂ ਉੱਥੇ ਉਸੇ ਗੁਰੂ ਘਰ ਦੀ ਗੱਲ ਕਰਦੇ ਆ। ਹਾਂਜੀ ਹਾਂਜੀ, ਤੁਸੀਂ ਦੇਖਿਆ ਹੋਣਾ ਵੀ ਅੰਦਰ ਲੰਗਰ ਹਾਲ ਨਹੀਂ ਕਹਿ ਸਕਦੇ, ਭਾਵੇਂ ਕਿਤੇ ਵੀ ਹੋਵੇ, ਜਿੱਥੇ ਕੁਰਸੀਆਂ ਲੱਗਦੀਆਂ ਉਹ ਲੰਗਰ ਹਾਲ ਤਾਂ ਰਹਿੰਦਾ ਹੀ ਨਹੀਂ। ਜੀ ਜੀ, ਉੱਥੇ ਸੇਵਾ 'ਚ ਉੱਥੇ ਕੰਮ ਚੱਲ ਰਿਹਾ ਕਿਉਂਕਿ ਮੂਹਰੇ ਸੀਜ਼ਨ ਆ ਰਿਹਾ। ਹਾਂ, ਸੀਜ਼ਨ। ਪਰ ਮਹਾਰਾਜ ਦੇ ਸਰੂਪ ਨਿਹੰਗਾ ਸਿੰਘਾਂ ਦੇ ਜਾਣਕਾਰੀ ਅਨੁਸਾਰ ਉਹਨਾਂ ਨੂੰ ਕੱਲ੍ਹ 6 ਸਰੂਪਾਂ ਦੀ ਜਾਣਕਾਰੀ ਮਿਲੀ ਆ ਤੇ ਨਿਕਲੇ 8 ਆ, ਤੇ ਉਹਨਾਂ ਵਿੱਚੋਂ ਸਰੂਪਾਂ ਦੀ ਸਾਰਿਆਂ ਦੀ ਸੇਵਾ ਨਹੀਂ ਚੱਲ ਰਹੀ, ਜਿਨ੍ਹਾਂ ਦੇ ਬਿਰਧ ਹੋ ਚੁੱਕੇ ਆ, ਹਾਲਾਤ ਮਾੜੇ ਸੀ, ਮਾੜੇ ਸਰੂਪਾਂ ਦੇ ਮਿੱਟੀ ਰੱਟਾ ਪਿਆ ਹੋਇਆ ਸੀ। ਤੇ ਮੌਜੂਦਾ ਹਾਲਾਤ ਦੇ ਵਿੱਚ ਅਸੀਂ ਬਹੁਤ ਸਾਰੇ ਚਿੰਤਤ ਹਾਂ ਕਿ ਆਉਣ ਵਾਲਾ ਭਵਿੱਖ ਸਿੱਖ ਕੌਮ ਦਾ ਕਿੱਦਾਂ ਦਾ ਹੋਊਗਾ, ਅਤੇ ਆਪਾਂ ਆਪ ਹੀ ਅੰਦਾਜ਼ਾ ਲਾ ਲਈਏ। ਆਪਾਂ ਰੋਜ਼ ਹਰੇਕ ਪਿੰਡ ਦੇ ਵਿੱਚ ਗੁਰੂ ਘਰ ਆ, ਆਪਾਂ ਸਾਰੇ ਗੁਰੂ ਘਰ ਜਾਣ ਵਾਲੇ ਹਾਂ, ਅਤੇ ਗ੍ਰੰਥੀ ਸਿੰਘ ਗੁਰੂ ਘਰ ਵਜ਼ੀਰ ਹੁੰਦਾ ਜਿਹਨੇ ਗੁਰੂ ਦਾ ਹੋਕਾ ਸਾਰੇ ਅੱਗੇ ਸੰਗਤ ਤੱਕ ਪਹੁੰਚਾਉਣਾ ਹੁੰਦਾ ਆ, ਉਹਦੀ ਸੇਵਾ ਸੰਭਾਲ ਕਰਨੀ ਹੁੰਦੀ ਆ। 5000 ਦਾ ਜੇ ਮੋਬਾਈਲ ਨਹੀਂ ਆਉਂਦਾ, ਅਸੀਂ ਲੱਖ ਲੱਖ ਦਾ ਆਪਣੀ ਜੇਬੀ 'ਚ ਮੋਬਾਈਲ ਪਾਇਆ ਹੋਇਆ ਆ, ਗੁਰੂ ਘਰ ਦੀਆਂ ਕਮੇਟੀਆਂ ਦੇ ਆਪਣੇ ਬੱਚੇ ਬਾਹਰ ਗਏ ਹੋਏ ਆ। ਇੱਕ ਬੇਨਤੀ ਹੋਰ ਛੋਟੀ ਜੀ ਆ, ਅੱਜ ਮੈਨੂੰ ਕਿਸੇ ਨੇ ਦੱਸਿਆ ਇੱਥੇ ਬਾਬਾ ਭੂਮੀਆ ਜੋ ਘਰ ਹੈਗਾ ਆਪਣੇ ਗੁਰੂ ਘਰ ਆ, ਹਾਂਜੀ, ਉੱਥੇ ਜਿਹੜੇ ਗ੍ਰੰਥੀ ਸਿੰਘ ਜਾਂ ਸੇਵਾਦਾਰ ਹੈ ਉਹਨਾਂ ਦੀ ਸੇਵਾ 4-4, 5-5 ਹਜ਼ਾਰ ਹੈ, ਅਤੇ ਜਿਹੜੇ ਝਾੜੂ ਮਾਰਦੇ ਆ, ਹਾਂਜੀ, ਉਹਨਾਂ ਨੂੰ 10,000 ਰੁਪਇਆ ਪੱਕਾ ਦੇ ਰਹੇ ਆ। ਵਾਹਿਗੁਰੂ। ਇਹ ਹੁਣ ਜੜਿਆਲੇ ਵਾਲੇ ਜਾਂਦੇ ਬਹੁਤ ਵੱਡੀ ਗੱਲ ਆ, ਇੱਕ ਝਾੜੂ ਮਾਰਨ ਵਾਲੇ ਨੂੰ 10,000 ਰੁਪਇਆ ਤਨਖਾਹ ਆ, ਅਤੇ ਗ੍ਰੰਥੀ ਸਿੰਘ ਦੀ 4,000, ਜਦਕਿ ਵੱਡਾ ਪਦਵੀ ਆ, ਬਾਬਾ ਬੁੱਢਾ ਜੀ ਦੀ ਗੱਦੀ ਦਾ ਮਾਲਕ ਆ, ਅਤੇ ਉਹ ਮਾਲਕ ਵੀ ਆਪਾਂ ਉਹ ਚੁਣਿਆ ਕਰੀਏ ਜਿਹੜਾ ਕਿਤੇ ਉਹ ਸੰਥਿਆ ਪ੍ਰਾਪਤ ਹੋਵੇ, ਅਤੇ ਮਹਾਰਾਜ ਦੀ ਜਿਹੜੀ ਪੂਰੀ ਗਿਆਨ ਰੱਖਦਾ ਹੋਵੇ, ਸੇਵਾ ਦੀ ਸੰਭਾਲ ਦੀ ਪੂਰਾ ਗਿਆਨ ਰੱਖਦਾ ਹੋਵੇ, ਬਾਣੀ ਸ਼ੁੱਧ ਉਚਾਰਨ ਕਰਦਾ ਹੋਵੇ। ਸੋ ਇਹ ਬੇਨਤੀਆਂ ਆ ਸੰਗਤ ਦੇ ਚਰਨਾਂ ਵਿੱਚ। ਤੇ ਗ੍ਰੰਥੀ ਸਿੰਘਾਂ ਨੂੰ ਜਿਹੜਾ ਕੁਝ ਮੈਂ ਕਰਦਾ ਕਿ ਨਾਲ ਨਾਲ ਸਿੰਘ ਸਾਹਿਬ, ਤੁਹਾਨੂੰ ਨਹੀਂ ਲੱਗਦਾ ਆਪਣੇ ਸਮਾਜ ਦੇ ਵਿੱਚ ਉਹ ਗੁਰੂ ਘਰ ਦੀਆਂ ਕਮੇਟੀਆਂ ਵੀ ਨੇ ਜਿਹੜੇ ਗ੍ਰੰਥੀ ਸਿੰਘਾਂ ਨੂੰ 25-25 ਹਜ਼ਾਰ ਰੁਪਇਆ ਤਨਖਾਹ ਦੇ ਰਹੀਆਂ ਨੇ, ਮਿਲੇ ਸੀ, ਰਿਹਾਇਸ਼ ਦੇ ਰਹੀਆਂ ਨੇ, ਹਨਾ? ਚਲਾਂਗ ਸਕੂਲ ਤੋਂ ਆ ਉਹ ਕਲਰਕ ਲੱਗੇ ਹੈ, ਅਤੇ ਉਹਨਾਂ ਨਾਲ ਵੀ ਇਸ ਵਿਸ਼ੇ 'ਤੇ ਗੱਲ ਚੱਲੀ, ਅਤੇ ਇੱਧਰ ਉਹਨਾਂ ਦਾ ਪਿੰਡ ਫਲੋਰ ਸਾਈਡ 'ਤੇ ਆ, ਮੈਨੂੰ ਨਾਮ ਵਿਸਰ ਗਿਆ ਉਹਨਾਂ ਦਾ ਪਿੰਡ ਦਾ, ਜੀ ਜੀ, ਉਹਨਾਂ ਨੇ 25,000 ਰੁਪਇਆ 'ਤੇ ਮਤਲਬ ਸੈਲਰੀ ਰੱਖੀ ਆ ਗ੍ਰੰਥੀ ਸਿੰਘ ਦੀ। ਜੀ ਬਿਲਕੁਲ। ਪਰ ਉਹਨਾਂ ਨੂੰ ਇਹਨਾਂ ਨੇ ਇਹ ਵੀ ਬੇਨਤੀ ਕੀਤੀ ਵੀ ਤੁਸੀਂ ਸੰਥਿਆ ਵੀ ਕਰਾਉਣੀ ਆ, ਸੰਥਿਆ ਵੀ ਕਰਾਉਣੀ ਆ। ਹਾਂਜੀ ਬਿਲਕੁਲ। ਅਤੇ ਜਿਹੜੀਆਂ ਹੁਣ ਵੀ ਵੀਡੀਓ ਦੇਖ ਰਹੇ, ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ, ਕਿਉਂਕਿ ਤੁਸੀਂ ਬਹੁਤ ਹੋਰ ਵੀਡੀਓ ਸ਼ੇਅਰ ਕਰਦੇ ਆ, ਕਿਸੇ ਨੂੰ ਸਟਾਰ ਬਣਾ ਦਿੰਦੇ ਆ। ਇਹ ਗੁਰੂ ਦੀ ਗੱਲ ਹੈ, ਪੰਜਾਬ ਦੀ ਗੱਲ ਆ, ਆਪਣੇ ਦਿਲ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ, ਮਹਾਰਾਜ ਨੂੰ ਗੁਰੂ ਮੰਨਦੇ ਆ, ਪਰਮਾਤਮਾ ਸਰੂਪ ਆ। ਅਤੇ ਜਿਹੜਾ ਗੁਰੂ ਦਾ ਵਜ਼ੀਰ ਆ, ਸਭ ਤੋਂ ਉੱਚੀ ਪਦਵੀ ਰੱਖਦਾ ਗੁਰੂ, ਸਭ ਤੋਂ ਬਾਅਦ ਗੁਰੂ ਦਾ ਵਜ਼ੀਰ ਆ, ਅਤੇ ਘੱਟੋ ਘੱਟ ਉਹਦੀ ਸੈਲਰੀ 25,000 ਹੀ ਹੋਣੀ ਚਾਹੀਦੀ ਆ। ਐਸ ਜੀ ਪੀ ਸੀ ਨੂੰ ਬੇਨਤੀ ਆ, ਜਿੰਨੀਆਂ ਜਥੇਬੰਦੀਆਂ ਆ ਤਤਪਰ ਹੁੰਦੀਆਂ ਬੇਅਦਬੀ ਹੋਣ ਤੋਂ ਬਾਅਦ, ਉਹਨਾਂ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਆ, ਗੁਰੂ ਦੇ ਪਿਆਰਿਆਂ ਨੂੰ, ਐੱਨ ਆਰ ਆਈ ਵੀਰਾਂ ਨੂੰ ਬੇਨਤੀ ਆ, ਵਧੀਆ ਆਪਣੇ ਆਪਣੇ ਨਗਰਾਂ ਦੇ ਵਿੱਚ ਗੁਰੂ ਘਰ ਭਾਵੇਂ ਇੱਕ ਕਰ ਲਓ। ਹਾਂਜੀ, 5-5, 7-7 ਇਹਨਾਂ ਕੋਲ 3 ਗੁਰੂ ਘਰ ਆ ਜੀ, ਇਹ ਇੱਕ ਕਮੇਟੀ ਕੋਲ 3 ਗੁਰੂ ਘਰ ਆ, ਇਹਨਾਂ ਕੋਲ 3 ਗੁਰੂ ਘਰ ਬਣਾਏ। ਹਲੋ ਜੀ, ਬਹੁਤ ਵੱਡੀ ਗੱਲ ਆ, 1-3 ਗੁਰੂ ਘਰ ਬਣੇ ਹੋਏ ਆ,
ਇੱਕੋ ਪਾਸੇ ਦੇ ਵਿੱਚ। ਹਾਂਜੀ। ਤੇ ਜੜਿਆਲੇ ਵਿੱਚ ਟੋਟਲ ਕਿੰਨੇ ਜੀ? 17 14 15 ਤੇ ਹੈ। 17 ਕੁ ਜਾਣੀ ਸਾਨੂੰ ਖਬਰ ਮਿਲੀ ਸੀ ਬਾਈ ਜੀ, ਕਹਿੰਦੇ 14-15 ਤੋਂ 17 ਦੇ ਵਿੱਚ ਵਿੱਚ ਗੁਰੂ ਘਰ ਨੇ। ਜਿਹਦੇ ਵਿੱਚ ਇਹੋ ਜਿਹੇ ਗੁਰੂ ਘਰ ਵੀ ਆ, ਗੱਬੇ ਸਿਰਫ ਗਲੀ ਆ, ਇੱਧਰ ਵੀ ਗੁਰੂ ਘਰ, ਇੱਧਰ ਵੀ ਗੁਰੂ ਘਰ ਆ। ਕਿੰਨੀ ਆਬਾਦੀ ਹੈ ਜੀ ਇਸ ਪਿੰਡ ਦੀ? ਉਦਾਂ ਆਬਾਦੀ ਤਾਂ ਕਾਫੀ ਵੱਡਾ ਏਰੀਆ, ਤੁਸੀਂ ਹੁਣ ਦੇਖ ਲਓ ਵੀ ਇਹ ਜਿਹੜਾ ਏਰੀਆ ਸਾਰਾ ਲਗਭਗ 2-2.5 ਕਿਲੋਮੀਟਰ ਦਾ ਏਰੀਆ ਰਾਊਂਡ ਬਣ ਚੁੱਕਾ ਜੰਡਿਆ। ਜੀ ਜੀ ਜੀ। ਇਹਦੇ ਵਿੱਚ ਲਗਭਗ 8-9 ਹਜ਼ਾਰ 10 ਹਜ਼ਾਰ। ਹਾਂਜੀ ਹਾਂਜੀ ਹਾਂਜੀ। ਜ਼ਿਆਦਾ ਨਹੀਂ, ਜ਼ਿਆਦਾ 7-8 ਹਜ਼ਾਰ ਹੋਊਗੀ। ਹਾਂਜੀ ਹਾਂਜੀ। 7-8 ਹਜ਼ਾਰ ਜਾਂ 10 ਹਜ਼ਾਰ ਦੀ ਆਬਾਦੀ ਵਾਲੇ ਇੱਕ ਪਿੰਡ ਦੇ ਵਿੱਚ 15-17 ਗੁਰੂ ਘਰ ਹੋਣੇ ਸਾਡੀ ਲਾਂਤ ਦੀ ਗੱਲ ਆ। ਕੀ ਸਾਡਾ ਇੰਨੀ ਧੜੇਬਾਜ਼ੀ ਗੁਰੂ ਤੋਂ ਉੱਪਰ ਹੋ ਗਈ ਕਿ ਅਸੀਂ ਆਪਣੇ ਪਾਸੇ ਪਾਸੇ ਦਾ ਗੁਰੂ ਘਰ ਬਣਾ ਲਿਆ? ਇੱਡੇ ਵੱਡੇ ਪਿੰਡ ਦੇ ਵਿੱਚ 3 ਗੁਰੂ ਘਰ ਹੋ ਸਕਦੇ, 4 ਹੋ ਸਕਦੇ, ਹਰ ਕਾਰਨਰ 'ਤੇ ਗੁਰੂ ਘਰ ਹੋਵੇ, ਪਰ 17 ਗੁਰੂ ਘਰ ਇਹ ਤੁਸੀਂ ਸੋਚਣਾ ਆ, ਇੱਕ ਇਹ SGPC ਨੇ ਸੋਚਣਾ ਆ, ਇਹ ਗੁਰੂ ਕੇ ਸਿੱਖਾਂ ਨੇ ਸੋਚਣਾ ਆ, ਨਾ ਕਿ ਜਿਹੜੇ ਸਿਰਫ ਤਮਾਸ਼ਾ ਦੇਖਣ ਆਉਂਦੇ ਆ, ਕਿ ਅਸੀਂ ਇੱਕ ਗੁਰੂ ਘਰ ਕਰਕੇ ਉਸ ਗੁਰੂ ਘਰ ਦੇ ਵਿੱਚ ਇੱਕ ਵਜ਼ੀਰ ਰੱਖੀਏ, ਗੁਰੂ ਦਾ 2 ਵਜ਼ੀਰ ਹੋਣ, ਨਾਲ 2 ਸੇਵਾਦਾਰ ਹੋਣ, ਉਹਨਾਂ ਦੀ 25-25 ਹਜ਼ਾਰ ਰੁਪਈਆ, 15-15 ਹਜ਼ਾਰ ਰੁਪਈਆ ਸੇਵਾਦਾਰ ਦੀ ਤਨਖਾਹ, ਅਤੇ 25 ਹਜ਼ਾਰ ਗੁਰੂ ਕੇ ਸਿੱਖਾਂ ਦੀ ਤਨਖਾਹ ਹੋਵੇ, ਤਾਂ ਸੰਥਿਆ ਲੱਗੇ ਗੁਰੂ ਕੇ ਜਿਹੜੇ ਆਉਣ ਵਾਲੇ ਨਵੇਂ ਵਿਦਿਆਰਥੀ ਗੁਰੂ ਦੀ ਸ਼ਾਨ ਵਿੱਚ ਆਉਣ ਵਾਲੇ ਆ, ਅਸੀਂ ਆਪਣੀ ਪੀੜ੍ਹੀ ਨੂੰ ਸਾਂਭ ਸਕੀਏ, ਉਹਨਾਂ ਨੂੰ ਸੰਥਿਆ ਦਿੱਤੀ ਜਾਵੇ, ਕੀਰਤਨ ਸਿਖਾਇਆ ਜਾਵੇ। ਸੋ ਇਹ ਬੇਨਤੀਆਂ ਆ, ਜੇ ਅਸੀਂ ਆਪਣੇ ਬਾਕੀ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਦੇ ਹਾਂ, ਸਿੱਖੀ ਦੀ ਗੱਲ ਕਰ ਦਿੰਦੇ ਹਾਂ, ਤਾਂ ਇਹ ਸਹੀ ਰਾਹ ਅਪਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।